ਕਿ ਮੈਨੂੰ ਤਾਂ ਪਹਿਲਾਂ ਹੀ ਬਹੁਤ ਵੱਡਾ ਮਾਣ ਆਮ ਆਦਮੀ ਪਾਰਟੀ ਨੇ ਲੰਬੀ ਤੋਂ ਟਿਕਟ ਦੇ ਕੇ ਸ਼੍ਰੀ ਕੇਜਰੀਵਾਲ ਜੀ ਹੋਰਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਦਿੱਤਾ ਸੀ। ਉਸ ਤੋਂ ਬਾਅਦ ਲੰਬੀ ਹਲਕੇ ਦੇ ਲੋਕਾਂ ਨੇ ਵੀ ਬਹੁਤ ਵੱਡੀ ਕਿਰਪਾ ਕੀਤੀ, ਗੁਰੂ ਮਹਾਰਾਜ ਦੀ ਕਿਰਪਾ ਰਹੀ। ਤੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਡੀ ਹਸਤੀ ਸਨ, 5 ਵਾਰ ਦੇ ਚੀਫ ਮਿਨਿਸਟਰ ਸਨ, ਮੇਰੇ ਤਾਂ ਜਨਮਾਂ ਤੋਂ ਪਹਿਲਾਂ ਉਹ MLA ਬਣਦੇ ਰਹੇ, ਮੇਰਾ 11 ਵਾਰ ਉਹ ਵਿਧਾਨ ਸਭਾ ਵਿੱਚ ਆਏ। ਅੱਜ ਮੈਂ ਜਿਹੜੀ ਸਾਡੀ ਮੇਰੀ ਡਿਊਟੀ ਹੈ, ਮੈਂ ਖੇਤੀਬਾੜੀ ਮੰਤਰੀ ਹੋਣ ਦੇ ਨਾਂ 'ਤੇ ਪੰਜਾਬ ਦੇ ਕਿਸਾਨਾਂ ਦੇ ਲਈ, ਉਹਨਾਂ ਵਾਸਤੇ ਕੋਈ ਭਲਾਈ ਲਈ ਕੁਛ ਕਰ ਸਕਦਾ ਹੁੰਦਾ, ਉਹਦੇ ਵਿੱਚ ਮੈਂ ਰੁੱਝਿਆ ਸੀ। ਆਪਣੇ ਇੱਕ ਖੁਸ਼ਖਬਰੀ ਹੈ ਸਾਰੇ ਇਲਾਕੇ ਨੂੰ, ਬਠਿੰਡੇ ਨੂੰ, ਅਸੀਂ ਬਾਇਓ ਫਰਟੀਲਾਈਜ਼ਰ ਜਿਹੜੀ ਲੈਬ ਜਿਹਦੀ ਬਹੁਤ ਜ਼ਰੂਰਤ ਸੀ, ਅੱਜ ਕੱਲ੍ਹ ਬਾਇਓ ਖਾਦਾਂ ਬਾਇਓ ਦਵਾਈਆਂ ਵਰਤੀਆਂ ਜਾਂਦੀਆਂ, ਔਰ ਉਹਨਾਂ ਦਾ ਚੈੱਕਅਪ ਕਿਤੇ ਟੈਸਟਿੰਗ ਨਹੀਂ ਹੁੰਦੀ ਸੀ, ਉਹ ਗਾਜ਼ੀਆਬਾਦ ਜਾ ਕੇ ਕਰਾਉਣੀ ਪੈਂਦੀ ਸੀ। ਕਈ ਵਾਰੀ ਉਹ ਮਾੜੀ ਜਿਹੜੀ ਉਸ ਸਟੈਂਡਰਡ ਦੀ ਦਵਾਈ ਜਾਂ ਉਸ ਸਟੈਂਡਰਡ ਦੀ ਖਾਦ ਨਾ ਹੁੰਦੀ, ਉਹ ਜਦੋਂ ਕਿਸਾਨ ਲੈ ਜਾਂਦਾ ਸੀ ਇੱਕ ਵੱਡੀ ਠੱਗੀ ਹੋ ਜਾਂਦੀ ਸੀ, ਉਹ ਬਾਅਦ 'ਚ ਲੰਮੇ ਸਮੇਂ ਤੋਂ ਕੋਈ ਰਿਜ਼ਲਟ ਆਉਂਦੇ ਫਿਰ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਸੀ। ਹੁਣ ਨੇੜੇ ਤੋਂ ਉਹ ਆਪਣੀ ਕੋਈ ਵੀ ਖਾਦ ਲਊਗਾ, ਬਾਇਓ ਖਾਦ ਜਾਂ ਦਵਾਈਆਂ ਲਊਗਾ ਤਾਂ ਇੱਥੇ ਟੈਸਟਿੰਗ ਕਰਾ ਸਕਦਾ। ਇਹਦੇ 'ਤੇ ਤਕਰੀਬਨ 2.5 ਕਰੋੜ ਰੁਪਈਆ ਸਾਡੇ ਮਹਿਕਮੇ ਦਾ, ਪੰਜਾਬ ਸਰਕਾਰ ਦਾ ਆਉਣਾ। ਔਰ ਜੇ ਖੇਤੀ ਤਕੜੀ ਹੈ ਤਾਂ ਹੀ ਪੰਜਾਬ ਤਕੜਾ, ਆਪਾਂ ਖੇਤੀ ਪ੍ਰਧਾਨ ਸੂਬਾ, ਆਪਾਂ ਸਾਰੇ ਖੇਤੀ 'ਚੋਂ ਹੀ ਆਪਣਾ ਜੀਵਨ ਬਸਰ ਕਰ ਰਹੇ ਹਾਂ, ਚਾਹੇ ਤੁਸੀਂ ਪ੍ਰੈਸ ਵਾਲੇ ਹੋ, ਸ਼ਾਹੂਕਾਰ ਹੈ, ਕੋਈ ਹੋਰ ਹੈ, ਕਿਉਂਕਿ ਆਪਾਂ ਸਾਰੇ ਖਾਂਦੇ ਤਾਂ ਇੱਕ ਅਨਾਜ ਹੈ, ਅਨਾਜ ਜਿਹੜਾ ਕਿਸਾਨ ਅਤੇ ਮਜ਼ਦੂਰ ਰਲ ਕੇ ਪੈਦਾ ਕਰਦੇ ਆ, ਉਹਦੇ ਲਈ ਇਹ ਬਹੁਤ ਵੱਡਾ ਜਿਹੜੀ ਸਹਾਈ ਹੋਊ, ਵਰਦਾਨ ਹੋਊ। ਮੇਰੇ ਖੇਤੀਬਾੜੀ ਮਹਿਕਮੇ ਦੇ ਡਾਇਰੈਕਟਰ ਸਾਹਿਬ ਜਸਵੰਤ ਸਿੰਘ ਜੀ ਵੀ ਹਾਜ਼ਰ ਨੇ, ਆਪਣੇ ਲੋਕਲ MLA ਸਰਦਾਰ ਜਗਰੂਪ ਸਿੰਘ ਜੀ ਗਿੱਲ ਉਹ ਵੀ ਹਾਜ਼ਰ ਨੇ, ਸਰਦਾਰ ਜਗਸੀਰ ਸਿੰਘ ਜੀ ਪੋਚੋ ਤੋਂ MLA, ਚੇਅਰਮੈਨ ਸਾਹਿਬ ਅੰਮ੍ਰਿਤ ਲਾਲ ਜੀ, ਚੇਅਰਮੈਨ ਸਾਹਿਬ ਨੀਲ ਗਰਗ ਜੀ, ਚੇਅਰਮੈਨ ਸਾਹਿਬ ਨਵਦੀਪ ਜੀ ਜੀਦਾ ਜੀ, ਔਰ ਚੇਅਰਮੈਨ ਸਾਹਿਬ ਪੁਰੀ ਸਾਹਿਬ, ਚੇਅਰਮੈਨ ਸਾਹਿਬ ਅਨਿਲ ਠਾਕਰ ਜੀ, ਅਤੇ ਹੋਰ ਵੀ ਪਤਵੰਤੇ ਸੱਜਣ ਪਾਰਟੀ ਦੇ ਬਹੁਤ ਨਾਮਵਾਰ ਸਾਰੇ ਸਾਥੀ ਖੜ੍ਹੇ ਨੇ। ਹੁਣ ਤੁਸੀਂ ਜਿਹੜੀ ਮੈਨੂੰ ਆਪਣੇ ਵੱਲੋਂ ਸਵਾਲ ਕੀਤਾ ਸੀ ਕਿ ਪਾਰਲੀਮੈਂਟ ਦੀ ਇਲੈਕਸ਼ਨ ਹੈ, ਸੋ ਕਿਉਂਕਿ ਮੈਨੂੰ ਤਾਂ ਪਹਿਲਾਂ ਹੀ ਬਹੁਤ ਵੱਡਾ ਮਾਣ ਆਮ ਆਦਮੀ ਪਾਰਟੀ ਨੇ ਲੰਬੀ ਤੋਂ ਟਿਕਟ ਦੇ ਕੇ ਸ਼੍ਰੀ ਕੇਜਰੀਵਾਲ ਜੀ ਹੋਰਾਂ ਨੇ, ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਦਿੱਤਾ ਸੀ। ਉਸ ਤੋਂ ਬਾਅਦ ਲੰਬੀ ਹਲਕੇ ਦੇ ਲੋਕਾਂ ਨੇ ਵੀ ਬਹੁਤ ਵੱਡੀ ਕਿਰਪਾ ਕੀਤੀ, ਗੁਰੂ ਮਹਾਰਾਜ ਦੀ ਕਿਰਪਾ ਰਹੀ। ਤੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਡੀ ਹਸਤੀ ਸਨ, 5 ਵਾਰ ਦੇ ਚੀਫ ਮਿਨਿਸਟਰ ਸਨ, ਮੇਰੇ ਤਾਂ ਜਨਮਾਂ ਤੋਂ ਪਹਿਲਾਂ ਉਹ MLA ਬਣਦੇ ਰਹੇ, ਮੇਰਾ 11 ਵਾਰ ਉਹ ਵਿਧਾਨ ਸਭਾ ਵਿੱਚ ਆਏ। ਪਰ ਲੰਬੀ ਹਲਕੇ ਦੇ ਲੋਕਾਂ ਨੇ, ਆਮ ਆਦਮੀ ਪਾਰਟੀ ਦੇ ਵਰਕਰ ਸਾਹਿਬਾਨ ਸਾਡੇ ਸਾਰੇ ਹੀ ਮੇਰੇ ਭਰਾਵਾਂ ਨੇ ਬਹੁਤ ਵੱਡਾ ਜ਼ੋਰ ਲਾ ਕੇ ਉਸ ਵਿੱਚ ਮੈਨੂੰ ਵਿਧਾਨ ਸਭਾ ਵਿੱਚ ਭੇਜਿਆ ਬੜੀ ਸ਼ਾਨ ਨਾਲ। ਹੁਣ ਮੈਨੂੰ ਪਾਰਟੀ ਵੱਲੋਂ ਹੁਕਮ ਹੋਇਆ ਕਿ ਜਿਹੜੀ ਪਾਰਲੀਮੈਂਟ ਬਠਿੰਡਾ ਦੀ, ਬਠਿੰਡਾ ਵੀ ਮੇਰਾ ਆਪਣਾ ਹੀ ਘਰ ਆ, ਸਾਰੇ ਬਹੁਤ ਕਿਉਂਕਿ ਨਾਲ ਲੱਗਦਾ ਹਲਕਾ ਜਿਹੜਾ ਦਿਹਾਤੀ ਹੈ, ਦੁੱਖ ਸੁੱਖ ਵਿੱਚ ਸਾਰਿਆਂ ਨਾਲ ਤੁਰੇ ਫਿਰਦੇ ਹਾਂ, ਔਰ ਬਠਿੰਡੇ ਵਿੱਚ ਵੀ ਦੂਸਰੇ ਇਲਾਕਿਆਂ ਵਿੱਚ ਵੀ। ਤੋ ਮੈਂ ਜਦੋਂ ਦਾ ਮੰਤਰੀ ਹੈ ਉਸ ਤੋਂ ਬਾਅਦ ਵੀ ਲੋਕਾਂ ਨਾਲ ਰਾਬਤਾ ਹੋਇਆ ਕਰਦਾ, ਸੋ ਮੈਨੂੰ ਬਹੁਤ ਵੱਡੀ ਆਸ ਅਤੇ ਉਮੀਦ ਹੈ ਕਿ ਜਿਵੇਂ ਲੰਬੀ ਵਾਲੇ ਲੋਕਾਂ ਨੇ ਮੇਰੇ 'ਤੇ ਬਹੁਤ ਵੱਡੀ ਕਿਰਪਾ ਕੀਤੀ, ਹੱਕ ਵਿੱਚ ਵੱਡਾ ਫਤਵਾ ਦਿੱਤਾ, ਇਸੇ ਤਰ੍ਹਾਂ ਬਠਿੰਡਾ ਲੋਕ ਸਭਾ ਹਲਕੇ ਦੇ ਮਾਣਯੋਗ ਵੋਟਰ, ਸਤਿਕਾਰਯੋਗ ਸਾਰੇ ਸਾਥੀ ਮੇਰਾ ਸਾਥ ਦੇ ਕੇ ਉਹਦੇ ਵਿੱਚ ਵੱਡੀ ਜਿੱਤ ਦਰਜ ਕਰਾਉਣਗੇ। ਵੇਖੋ ਜੀ, ਮੈਂ ਇਸ ਗੱਲ ਨੂੰ ਕਿਉਂਕਿ
ਮੈਨੂੰ ਨਹੀਂ ਇਸ ਗੱਲ ਨਾਲ ਕੋਈ ਫਰਕ ਵੀ ਕਿਸ ਨਾਲ ਮੁਕਾਬਲਾ ਹੈ, ਮੁਕਾਬਲਾ ਲੋਕਾਂ ਦਾ ਹੋਇਆ ਕਰਦਾ। ਮੈਂ ਤਾਂ ਇੱਕ ਅਨੁਮਾਨ ਨਾਲ ਨਿਤਾਣਾ, ਮੇਰੀ ਇੱਕ ਆਪਦੀ ਵੋਟ ਹੈ, ਲੋਕਾਂ ਦੀਆਂ ਵੋਟਾਂ ਹੈ, ਲੋਕ ਮੈਨੂੰ ਵੋਟਾਂ ਪਾਉਂਦੇ ਆ ਤਾਂ ਹੀ ਮੈਂ ਮੁਕਾਬਲੇ ਵਿੱਚ ਆ ਸਕਦਾ। ਸੋ ਉਹਨਾਂ ਨੇ ਪਹਿਲਾਂ ਕਿਰਪਾ ਕੀਤੀ ਹੈ, ਮੁਕਾਬਲਾ ਆਮ ਜਨਤਾ ਦਾ, ਮੁਕਾਬਲਾ ਨਿਮਾਣਿਆਂ ਨਿਤਾਣਿਆਂ ਦਾ, ਤਜਰਬਾਨਿਆਂ ਦਾ। ਵਿਰੋਧੀ ਕਹਿੰਦੇ ਵੀ ਇਹਨਾਂ ਕੋਲ ਕੋਈ ਨਵਾਂ ਚਿਹਰਾ ਨਹੀਂ ਸੀ, ਪੰਜ ਮੰਤਰੀ ਉਤਾਰ ਦਿੱਤੇ ਗਏ, ਦੋ ਕਾਂਗਰਸੀ ਅਤੇ ਇੱਕ ਕਲਾਕਾਰ ਆ। ਵਿਰੋਧੀ ਕਹਿੰਦੇ ਵੀ ਸਵਾਲ ਪੁੱਛਣਗੇ ਫਸਲਾਂ ਦਾ ਮੁਆਵਜ਼ਾ ਮਿਲਿਆ ਕਿ ਨਹੀਂ ਮਿਲਿਆ। ਮੈਂ ਤਾਂ ਵਿਰੋਧੀਆਂ ਨਾਲੋਂ ਅਸੀਂ ਸਾਰਾ ਕੁਛ ਬਿਹਤਰ ਕਰਕੇ ਆਏ ਹਾਂ ਅਤੇ ਕਰਦੇ ਰਹਾਂਗੇ। ਵੇਖੋ ਉਹਨਾਂ ਦਾ ਆਪ ਵੀ ਦੀ ਸਰਦਾ ਹੀ ਨਹੀਂ ਤਾਂ ਪਹਿਲਾਂ ਵੀ ਸੀਗਾ, ਅੰਦਰ ਵਿਖਾਤੇ ਗੱਲ ਚੱਲਦੀ ਸੀ ਔਰ ਇਲੈਕਸ਼ਨ ਸਾਹਮਣੇ ਹੈਗੀ, ਉਸ ਕਰਕੇ ਉਹਨਾਂ ਨੂੰ ਇਕੱਠੇ ਹੋਣਾ ਹੀ ਪੈਣਾ। ਰਹੀ ਗੱਲ ਜਿਹੜੀ ਕਿਸਾਨ ਨਾਲ, ਪਹਿਲੇ ਦਿਨੋਂ ਹੀ ਬਹੁਤ ਵੱਡਾ ਧੱਕਾ ਹੋ ਰਿਹਾ, ਕਿਉਂਕਿ ਜੇ ਤਾਂ ਜਿਹੜੀ MSP ਹੈ ਉਹਦੇ ਵਿੱਚ ਕੋਈ ਨਹੀਂ, ਜੇ ਹਰ ਇੱਕ ਜਿਹੜੀ ਵਸਤ ਦਾ ਮੁੱਲ ਬੰਨਿਆ ਜਾਂਦਾ ਤਾਂ ਫਿਰ ਖੇਤੀ ਜਿਹੜੀਆਂ ਵਿੱਚ ਦੀ ਪੈਦਾ ਹੁੰਦੀਆਂ ਫਸਲਾਂ ਜਾਂ ਉਹਨਾਂ ਦਾ ਵੀ ਕਰਿਆ ਜਾ ਸਕਦਾ। ਉਹ ਸੈਂਟਰ ਗੌਰਮੈਂਟ ਵੱਲੋਂ ਵੱਧ ਤੋਂ ਵੱਧ ਜਿੰਨਾ ਚਿਰ ਧੱਕਾ ਕਰਿਆ ਜਾ ਸਕਦਾ ਕਰਦੇ ਆ। ਪਿਛਲਾ 2 ਸਾਲ ਪਹਿਲਾਂ ਇੱਕ ਇਹਨਾਂ ਨੇ ਮੰਨ ਵੀ ਲਿਆ ਸੀ, ਵਾਅਦਾ ਵੀ ਕਰ ਲਿਆ ਸੀਗਾ ਮੋਦੀ ਜੀ ਹੋਰਾਂ ਨੇ ਜਾਂ ਸਰਕਾਰ ਨੇ, ਪਰ ਉਹਨੂੰ ਸਿਰੇ ਨਹੀਂ ਚੜਾਇਆ, ਅਮਲੀ ਜਾਮਾ ਨਹੀਂ ਪਹਿਨਾਇਆ ਗਿਆ। ਉਸ ਤੋਂ ਕਿਸਾਨ ਰੋਸ ਵਿੱਚ ਦੁਬਾਰਾ ਆ ਕੇ ਐਜੀਟੇਸ਼ਨ 'ਤੇ ਹੋਏ ਹੈ, ਔਰ ਮੈਂ ਕਿਸਾਨਾਂ ਦੇ ਨਾਲ ਹਾਂ, ਮੈਂ ਪੰਜਾਬ ਦੇ ਲੋਕਾਂ ਦੇ ਨਾਲ ਹੈ, ਮੈਂ ਪੈਦਾ ਕਰਨ ਵਾਲੇ ਲੋਕਾਂ ਦੇ ਨਾਲ ਹਾਂ ਵੀ ਲੋਕਾਂ ਨੂੰ ਉਹਦਾ ਕੀਤੇ ਦਾ ਮੁੱਲ ਜ਼ਰੂਰ ਮਿਲਣਾ ਚਾਹੀਦਾ। ਕਿਹੜੇ ਮੁੱਦੇ ਲੈ ਕੇ ਚੋਣ ਲੜੀ? ਮੁੱਦੇ ਬਹੁਤ ਸਾਰੇ ਜਿਹੜੇ ਪੰਜਾਬ ਦੇ ਹੋਣਗੇ, ਜਿਹੜੇ ਲੋਕਾਂ ਦੇ ਹੋਣਗੇ, ਦਿਨੋਂ ਦਿਨ ਨਵੇਂ ਮੁੱਦੇ ਆ ਜਾਂਦੇ ਆ, ਸੋ ਸਾਰੇ ਲੋਕਾਂ ਦੇ ਅੱਗੇ ਰੱਖੇ ਜਾਣਗੇ। ਮੈਂ ਨਿਮਾਣਾ ਨਿਤਾਣਾ ਜਾਂ ਮੇਰਾ 2 ਸਾਲ ਦਾ MLA ਦੀ ਗੱਲ ਆ, ਔਰ 8 ਮਹੀਨੇ ਮੇਰੇ ਮਿਨਿਸਟਰ ਦੇ ਆ, ਮੇਰੇ ਜੀਵਨ ਨੂੰ ਵੇਖਿਆ ਲੋਕਾਂ ਨੇ ਨੇੜਿਓਂ ਅਤੇ ਦੂਰੋਂ, ਉਹ ਆਪੇ ਫੈਸਲਾ ਕਰ ਲੈਣ। ਸਫਲਤਾ ਤੋਂ ਬਾਅਦ ਲੋਕ ਸਭਾ ਤੁਹਾਨੂੰ ਨਹੀਂ ਲੱਗਦਾ ਲੰਬੀ ਹਲਕੇ 'ਚ ਦੁਬਾਰਾ ਜਿਹੜਾ ਬਹੁਮਤ ਮਿਲ ਸਕੂਗਾ ਆਮ ਆਦਮੀ ਪਾਰਟੀ, ਕਿਉਂਕਿ ਬਾਦਲ ਪਰਿਵਾਰ ਦਾ ਕਾਫੀ ਜਿਹੜਾ ਉੱਥੇ ਦਬਦਬਾ ਬਣਿਆ? ਜਿਹੜੇ ਪਰਿਵਾਰ ਦੀ ਤੁਸੀਂ ਗੱਲ ਕਰਦੇ ਉਸੇ ਨਾਲ ਹੁਣ ਫਿਰ ਲੜ ਰਿਹਾ, ਮੈਂ ਫਿਰ ਵੀ ਉੱਥੇ ਆ ਜਾਵਾਂਗੇ, ਕੋਈ ਗੱਲ ਨਹੀਂ। 25 ਅਤੇ 15 ਮੁਕਾਬਲਾ ਕਿੱਧਰ ਤਾਂ ਟਫ ਲੱਗਦਾ, ਇੱਧਰ 15 ਸਾਲ ਹੋ ਗਏ ਉੱਧਰ 25 ਸਾਲ ਸੀ। ਨਹੀਂ ਮੁਕਾਬਲੇ ਦੀ ਵੇਖੋ, ਮੈਂ ਤਾਂ ਇੱਕ, ਮੈਨੂੰ ਪਾਰਟੀ ਦਾ ਹੁਕਮ ਹੋਇਆ ਅਤੇ ਮੈਂ ਲੋਕਾਂ ਦੇ ਆਸਰੇ ਪਹਿਲਾਂ ਵੀ ਚੋਣ ਲੜ ਲਈ ਅਤੇ ਹੁਣ ਵੀ ਲੜੂੰਗਾ, ਮੈਨੂੰ ਸਾਲਾਂ ਨਾਲ ਕੋਈ ਨਹੀਂ। ਚਲੋ ਉਹਨਾਂ ਨੂੰ ਸਾਲ ਉਹ ਮੁਬਾਰਕ।